ਲੋਕ ਤਾਦੀ ਤੇ ਭਾਈ ਦੀ ਕਾਲ ਆ ਗਈ ਆ ਪੂਰੇ 12 ਮੁੰਡਾ ਕਰਨ ਦਿਆ ਆਪਣਾ ਡਾਈਟ ਫੋਲੋ ਨਹੀਂ ਭਰਾ ਚਲਾਉਂਦਾ ਸੰਸਾਰ ਨੂੰ ਦੁਨੀਆ ਚਲਾਉਂਦੇ ਲੂਲੀ ਨਾ ਤੇ ਆਣ ਇਹਦੇ ਵਿੱਚ ਚਲੋ ਫਿਰ ਸੇ ਸੈਲ ਓ ਕਲੋਕ ਭਰਾ ਦੀ ਅਤੇ ਭਾਈ ਦੀ ਕਾਲ ਆ ਗਈ ਆ ਪੂਰੇ 12 ਵਜੇ ਸੀ ਮੈਕਦੀਪ ਸਿੰਘ ਐਂਡ ਪਵਿੱਤਰ ਸਿੰਘ ਸੀ ਉਹ ਭਾਈ ਟੱਕ 'ਤੇ ਚੜ੍ਹੇ ਆ ਕੈਨੇਡਾ 'ਚ ਸੋ ਭਾਈ ਦੇ ਥੋੜ੍ਹਾ ਹੈਗੀ ਆ ਲੁੱਕ ਉਹ ਜੀ ਸੋ ਡੋਂਟ ਮਾਇੰਡ ਸੋ ਥੈਂਕ ਯੂ ਭਾਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਅੱਛਾ ਅੱਛਾ ਮੁੰਡੇ ਫਾਈਨਲੀ ਰੋਟੀ ਸਾਡੀ ਆ ਗਈ ਅਤੇ ਫਿਰ ਪਹਿਲੀ ਵਾਰੀ ਜ਼ਿੰਦਗੀ ਜਾਨੀ ਕੁੱਤੇ ਖਾਣੀ ਹੋਈ ਆ ਅਤੇ ਕੀ ਕਰਨਾ ਵਧੀਆ ਹੋਟਲ ਲੈ ਕੇ ਰਾਤ ਨੂੰ ਦੇਣੀ ਇਹਨਾਂ ਨੇ ਬਾਹਰ ਚੱਲੇ ਸੀਗੇ ਅਤੇ ਹੁਣ ਦਿੱਤੀ ਰੋਟੀ ਇਹਨਾਂ ਨੇ ਅਤੇ ਹੁਣ ਖਾਣੇ ਵੈਸੇ ਤਾਂ ਚਲੇ ਹੀ ਚੱਲੇ ਸੀ ਬਾਹਰ ਲਗਭਗ ਅਤੇ ਹੁਣ ਲੈਫਟ 'ਚ ਮੁੜੇ ਸੀਗੇ ਅਤੇ ਉਦੋਂ ਨੂੰ ਇਹ ਆ ਗਏ ਸੀਗੇ ਅਤੇ ਹੁਣ ਮੈਂ ਹੈਗੀ ਤਾਂ ਕੁੱਤੇ ਖਾਣੀ ਆ ਜਿੰਨੀ ਕਰਾ ਲਓ ਉੱਨੀ ਘੱਟ ਆ ਡਿਨਰ ਕਰਦੇ ਹਾਂ ਸੌਂਦੇ ਹਾਂ ਹੁਣ ਚਲੋ ਕੱਲ੍ਹ ਨੂੰ ਅਸੀਂ ਬਾਹਲੀ ਮੇਤਾ ਆਪਾਂ ਕਿੱਥੇ ਜਾਣਾ ਪਹਾੜਾਂ 'ਤੇ ਚੱਲਾਂਗੇ ਮਤਲਬ ਪੰਜਾਬੀ 'ਚ ਕਹਿ ਦਈਏ ਪਹਾੜਾਂ 'ਤੇ ਚੱਲਾਂਗੇ ਵੇਖਦੇ ਇੱਥੋਂ ਕਿੱਥੇ ਜਾਣਾ ਵਾ ਅਤੇ ਫਿਰ ਦੇਣੇ ਆ ਕੱਲ੍ਹ ਨੂੰ ਕੀ ਬਣਦਾ ਗੱਭੜੂ ਚੰਗਾ ਜੀ ਚੰਗਾ ਜੀ ਅਗਲੀ ਵਾਰੀ ਹੇ ਗੁੱਡ ਮੋਰਨਿੰਗ ਨੈਕਸਟ ਡੇ ਇਨ ਚੰਡੀਗੜ੍ਹ ਸੋ ਆਪਾਂ ਉੱਠ ਗਏ ਹਾਂ 9 ਵੱਜ ਗਏ ਆ ਮੈਂ ਨਹਾ ਲਿਆ ਠੰਡ ਬਹੁਤ ਲੱਗੀ ਯਾਰ ਆਪਾਂ ਏਸੀ ਬੰਦ ਨਹੀਂ ਕੀਤਾ ਅਤੇ ਠੰਡ ਸਾਨੂੰ ਲੱਗਦੀ ਰਹੀ ਰੂਮ 'ਚ ਆਪਾਂ ਪੂਰਾ ਗਾਹ ਪਾਇਆ ਹੋਇਆ ਕਰਦੇ ਹਾਂ ਹੁਣ ਪੈਕਿੰਗ ਕਰੀਏ ਅਤੇ ਚਲੀਏ ਫਿਰ ਇੱਥੋਂ ਨਿਕਲੀਏ ਇਟਸ ਅ ਬਿਊਟੀਫੁਲ ਮੋਰਨਿੰਗ ਆਪਾਂ ਚੱਲੇ ਹਾਂ ਹੁਣ ਬ੍ਰੇਕਫਾਸਟ ਕਰਨ ਧੁੱਪ ਤਾਂ ਮਿਲ ਜੂਗਾ ਹੋਰ ਸਾਨੂੰ ਤਾਂ ਕੁਛ ਦਿੰਦੇ ਨਹੀਂ ਸਵਾ ਦਾ ਹੋ ਗਏ ਢਿੱਲੇ ਬੰਦੇ ਵਾਲੇ ਅਤੇ ਹੁਣ ਮੁੰਡੇ ਨੂੰ ਹੋਸ਼ ਆਈ ਹੈ ਜਾ ਕੇ ਨਹੀਂ ਯਾਰ ਹੁਣ ਹੋਸ਼ ਆਈ ਆਪਾਂ ਹੋਏ ਸੀ ਤੂੰ ਨਹੀਂ ਹੋਏ ਸੀ ਮੈਂ 6 ਵਜੇ ਦਾ ਉੱਠਿਆ ਸੋ ਬ੍ਰੇਕਫਾਸਟ ਬਫੇ ਹੀ ਮੁੰਡਾ ਕਰਨ ਡਿਆ ਆਪਣਾ ਡਾਈਟ ਫੋਲੋ ਨਹੀਂ ਭਰਾਵਾ ਸਵੇਰੇ ਡਾਈਟ ਡਾਈਟ ਫੋਲੋ ਕਰਨ ਡਾਈਟ ਦਾ ਮੇਰੇ ਕਾਦੀ ਕਹਿੰਦਾ ਪੂੜੀਆਂ ਸਵੇਰੇ ਨਹੀਂ ਖਾਣ ਲਈ ਹੁੰਦੀਆਂ ਹੋਰ ਕਦੋਂ ਮੰਮਾ ਹੁੰਦੀਆਂ ਖਾਣ ਲਈ ਮੈਂ ਲੈ ਆ ਪੂੜੀਆਂ ਛੋਲੇ ਪੂੜੀਆਂ ਡਾਈਟ ਕਾਦੀ ਆ ਹੋਰ 10 ਮਿੰਟ ਲੱਗੀ ਆ ਪੀਣ ਦੇਖੋ ਡਾਈਟ ਦੇਖੋ ਬੋਇਲਡ ਐਗ ਖਾ ਗਿਆ ਵਾ ਹੁਣ ਪੂੜੀਆਂ ਵੀ ਖਾਣ ਲੱਗ ਪਿਆ ਸੋ ਚਲੋ ਬ੍ਰੇਕਫਾਸਟ ਕਰ ਲਈਏ ਅਸੀਂ ਲੱਗੇ ਹਾਂ ਨਿਕਲਣ ਅਤੇ ਪ੍ਰਧਾਨ ਹੋ ਗਿਆ ਤਿਆਰ ਅਤੇ ਕੀਤੇ ਊਟਾ ਲੈਣ ਜਾਣਾ ਉੱਡਣ ਖਟੋਲੇ ਅਤੇ ਊਟਾ ਲਵਾਂਗੇ ਅਤੇ ਹੁਣ ਥੱਲੇ ਜਾ ਕੇ ਅਤੇ ਤੁਰਦੇ ਉੱਧਰੋਂ ਬ੍ਰੇਕਫਾਸਟ ਵੀ ਕਰ ਲਿਆ ਸੀਗਾ ਆਲ ਗੁੱਡ ਸੀ ਸਾਰਾ ਕੁਛ ਘੈਂਟ ਸੀ ਆਪਾਂ ਚੱਲੇ ਹੁਣ ਕਿੱਥੇ ਟਿੰਬਰ ਟ੍ਰੇਨ ਪਤਾ ਨੀ ਕਿਹੜੀ ਟ੍ਰੇਨ ਟਿੰਬਰ ਟ੍ਰੇਨ ਆ ਉਹ ਪੈਂਦੀ ਅਸ 15 ਰੁਪਏ ਦੇ ਦੋ ਬਾਬਿਆਂ ਨੇ ਪਹਾੜਾਂ 'ਚ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਆ ਗਏ ਜੀ ਅੱਜ ਤਾਂ ਦੁਕਾਨ ਜੀ ਬੰਦ ਆ ਜੀ ਆ ਗਏ ਪਹਾੜਾਂ ਜਾ ਗਏ ਯਾਰ ਮੁੰਡਾ ਇੰਨਾ ਬਿਜ਼ੀ ਰਹਿੰਦਾ ਨਾ ਫੋਨ ਤੇ ਬਿਜ਼ਨਸ ਚੱਲਦੇ ਆ ਫਿਰ ਆਪਾਂ ਟੂਰ ਟੂਰ 'ਚ ਪੈਸੇ ਵੀ ਕਮਾ ਲੈਣੇ ਆ ਇੱਦਾਂ ਨੀ ਜਾਣਾ ਕਿਉਂ ਲੱਗੇ ਸਹੀ ਗੱਲ ਟੂਰ ਟੂਰ 'ਚ ਫੋਨ ਨਾਲੇ ਤੰਗ ਕਰ ਲੈਂਦੇ ਜਿੰਨੇ ਖਰਚ ਕੇ ਜਾਣੇ ਆ ਹਿਮਾਚਲ ਪ੍ਰਦੇਸ਼ ਐਂਟਰ ਤੇ ਵਾਹ ਵਾਹ ਵਧੀਆ ਵਾ ਘੈਂਟ ਜਾ ਮੌਸਮ ਵੀ ਘੈਂਟ ਆ ਤੇ ਵਿਊ ਵੀ ਸਾਰੇ ਘੈਂਟ ਬਿਲਕੁਲ ਸਹੀ ਗੱਲ ਹੈ ਅਸੀਂ ਪਹੁੰਚ ਜਾਂਗੇ ਉੱਥੇ
ਮਿੰਟ ਹੋਰ ਲੱਗਣੇ ਫਿਰ ਪਹੁੰਚ ਜਾਣੇ ਆ ਲਾਗੇ ਹੀ ਸੀਗਾ ਇੱਥੋਂ ਬਾਹਲੀ ਦੂਰ ਨਹੀਂ ਜਾਣਾ ਲਾਗੇ ਲਾਗੇ ਰਹਿਣਾ ਵਾ ਚਲੋ Here we go, ਆਪਾਂ ਵੀ ਉੱਥੇ ਬਹਿੰਦੇ ਆ ਜਾ ਕੇ ਹੁਣ ਵੀਰੂ ਨੀ ਡਰ ਰਹੇ ਆ ਨਹੀਂ ਯਾਰ ਉੱਚਾ ਵਾ ਮੈਨੂੰ ਤਾਂ ਓਦਾਂ ਵੀ ਡਰ ਲੱਗਦਾ ਵਾ ਮਾਰਦਾ ਗੈਠ ਗੈਠ ਦੀਆਂ ਗੱਲਾਂ ਡਰ ਆਉਂਦਾ ਯਾਰ ਹੁਣ ਦੇਖਦੇ ਆ ਹਿੰਮਤ ਜੀ ਕਰਕੇ ਚੜਦੇ ਆ ਫਿਰ ਹੋਰ ਕੀ ਆ ਨਾਲੇ ਵਲੋਗ ਬਣ ਜੋ ਹੋਵੇ ਤਾਂ ਜਾਂਦਾ ਬਾਬੇ ਹੋਵੇ ਸਿੱਧਾ ਹੁੰਦਾ ਫਿਰ ਸਹੀ ਹੀ ਬਾਬੇ ਮੀਂਹ ਆ ਗਿਆ ਸੋ ਚਲੋ ਆਪਾਂ ਵੀ ਟਿਕਟ ਵਗੈਰਾ ਲਈਏ ਤੇ ਚਲੀਏ ਆਪਾਂ ਵੀ ਮੀਂਹ ਬਹੁਤ ਆ ਗਿਆ ਯਾਰ ਭਿੱਜ ਗਏ ਸੀਗਾ ਆਪਾਂ ਫਿਰ ਤਾਂ ਲੈਂਦੇ ਹਾਂ ਡਰ ਤਾਂ ਮੈਨੂੰ ਆਉਣ ਡਿਆ ਬਟ ਚਲੋ ਦੇਖੀ ਜਾਊਗੀ ਜੋ ਵੀ ਹੋਊਗਾ ਹੁਣ ਮਰੀ ਜਾਵਾਂਗੇ ਮੀਂਹ ਬਹੁਤ ਪੈਂਡ ਆ ਉੱਤੋਂ ਲਾਈਨ ਬਹੁਤ ਲੰਬੀ ਲੱਗੀ ਆ ਟਿਕਟ ਲੈ ਲਈਏ ਦੈਨ ਫਿਰ ਆਪਾਂ ਜਾਂਦੇ ਹਾਂ ਆਪਾਂ ਦੋਵੇਂ ਡਰਪੋਕ ਹਾਂ ਤਾਂ ਸਾਰਾ ਅੱਜ ਪਾਵਾਂਗੇ ਹੈ ਨਾ ਡਰ ਕੇ ਆ ਗਏ ਜੀਤ ਹੈ ਨਹੀਂ ਡਰ ਕੇ ਆ ਗਏ ਮੌਤ ਹੈ ਮੌਤ ਦੇ ਆ ਗਏ ਜੀਤ ਹੈ ਲਾਈਨ ਬਹੁਤ ਲੰਬੀ ਲੱਗੀ ਹੋਈ ਆ ਵੀ ਆ ਮੀਟਿੰਗ ਸੀ ਭਿੱਜ ਗਏ ਆਪਾਂ ਲੱਖਾਂ ਵਾਲ ਸੈੱਟ ਕਰਕੇ ਆਇਆ ਸੀ ਵਾਲ ਖਰਾਬ ਹੋ ਚੁੱਕੇ ਅੰਦਰ ਦੋ ਘੰਟੇ ਲਾ ਕੇ ਡਰਾਇਰ ਮਾਰੀ ਜੋ ਫੇਰ ਹਰ ਸਾਨੂੰ ਪਤਾ ਨਾ ਮੀਂਹ ਆਉਣਾ ਪਰ ਨਹਾਉਣਾ ਵੀ ਨਹੀਂ ਸੀ ਆਪਾਂ ਲੱਗਿਆ ਹੁਣ ਟਿਕਟ ਲੈਣ ਸਾਡਾ ਕੈਸ਼ੀਅਰ ਕਿੰਨੇ ਦੀ ਆ 1100 ਸੀਆਂ ਦੀ ਇੱਕ 1100 ਸੀਆਂ ਦੀ 18% ਦਾ GST ਲਾ ਦਿੱਤੀ ਮੈਂ ਕਹਿੰਦੇ ਠੀਕ ਨਾ ਚੱਲਦੀ ਆ ਡਰ ਤਾਂ ਮਿੱਤਰਾ ਆਊਗਾ ਲਾਈਨ ਲੱਗੀ ਆ ਹੁਣ ਵੇਟ ਕਰਦੇ ਹਾਂ ਟਿਕਟਾਂ ਲੈ ਲਈਆਂ ਵਿਲ ਸੀ ਕੀ ਹੁੰਦਾ ਹੈ ਕਿਆ ਹੋਤਾ ਹੈ ਉਧਰ ਹਮਾਰੇ ਸਾਥ ਐਕਸਾਈਟਡ ਤੇ ਡਰ ਹੈ ਸਾਡੀ ਵਾਰੀ ਆ ਚੱਲੀ ਆ ਬਸ ਉਹ ਇੱਕ ਗਈ ਆ ਉਸ ਤੋਂ ਬਾਅਦ ਦੂਸਰਿਆਂ ਬਹਿਣਾ ਉਸ ਤੋਂ ਬਾਅਦ ਸਾਡੀ ਵਾਰੀ ਆ ਜਾਵਾਂਗੇ ਆਪਣੀ ਵਾਰੀ ਆ ਗਈ ਆ ਆਪਾਂ ਬਹਿੰਦੇ ਹਾਂ ਹੁਣ ਇਹਦੇ ਵਿੱਚ ਚਲੋ ਵਿਲ ਸੀ ਵੀ ਗੋ ਆਪਾਂ ਬਹਿ ਗਏ ਹਾਂ ਹੈਂ ਇਹ ਆਊਗੀ ਜਿੰਨੀ ਵੀ ਆਊਗੀ ਚੱਲ ਬਹਿ ਗਏ ਹਾਂ ਡਰ ਲੱਗਣ ਕਰੀ ਡਰ ਬੜਾ ਲੱਗਣ ਡਿਆ ਪਰ ਹੋਇਆ ਨੀ ਕੁਛ ਕਿਉਂਕਿ ਬਾਹਰ ਦਿਖਣ ਨੀ ਡਿਆ ਦੇਖੋ ਪਹਾੜ ਚ ਵੱਜਣ ਲੱਗੇ ਆਪਾਂ ਵੱਜਣ ਕਰੈਸ਼ ਆਉਣ ਲੱਗੇ ਆਪਾਂ ਕਰੈਸ਼ ਸਿੱਧੇ ਉਹ ਗਿਆ ਪਹਾੜ ਤਾਂ ਜਾਣ ਡਿਆ ਉਹ ਵੱਜ ਗਏ ਹੋਵੇ ਹੋਵੇ ਓਏ ਐ ਨਹੀਂ ਲੱਗਦਾ ਵੱਜਣ ਲੱਗਿਆ ਤੇ ਨਹੀਂ ਹਾਂ ਜਾਣ ਡੀ ਹੁਣ ਫੀਡਬੈਕ ਦੇ ਆਪਾਂ ਨਹੀਂ ਵਧੀਆ ਨਾ ਆ ਗਏ ਬਾ ਇੱਕ ਵਾਰੀ ਕੀ ਤੋਂ ਛਾਲ ਮਾਰ ਕੇ ਮੀਂਹ ਬਹੁਤ ਪੈਣ ਡਿਆ ਸੀ ਦਿਖਿਆ ਸਾਨੂੰ ਕੁਛ ਨਹੀਂ ਆਪਾਂ ਬਹੁਤ ਨੀਚੇ ਤੋਂ ਆਏ ਹਾਂ ਸਹੀ ਆ
ਖਾਸ ਨਹੀਂ ਲੱਗਾ ਪਰ ਦੇਖਦੇ ਹਾਂ ਲੰਚ ਕਰਦੇ ਹਾਂ। ਬਹੁਤ ਬਾਰਿਸ਼ ਹੋਈ ਜਾਂਦੀ ਹੈ ਮੁੰਡਿਆ ਫੋਟੋਗ੍ਰਾਫੀ ਕਰੀ ਜਾਂਦਾ ਆ ਇਹਨੂੰ ਸ਼ੌਂਕ ਚੜਿਆ ਨਵਾਂ ਨਵਾਂ ਫੋਟੋਗ੍ਰਾਫੀ ਦਾ। ਸੋ ਬਾਰਿਸ਼ ਹੋਈ ਜਾਂਦੀ ਆ ਇੱਥੇ ਰੈਸਟੋਰੈਂਟ ਆਪਾਂ ਜਾਂਦੇ ਹਾਂ ਮੀਂਹ ਬਾਲਾ ਤੇਜ਼ ਪਈ ਜਾਂਦਾ ਯਾਰ। ਚਲੋ ਅਸੀਂ ਦੇਖਦੇ ਹਾਂ ਕੀ ਮੀਂਹ ਬਾਲਾ ਪਈ ਜਾਂਦਾ ਜੀ ਯਾਰ ਇੱਕ ਤੇ ਮੀਂਹ ਨੇ ਸਾਰਾ ਕੰਮ ਖਰਾਬ ਕਰਤਾ ਸਾਡਾ। ਮਟਕਾ ਮਟਕਾ ਚ ਸਾਈਕਲ ਸੋ ਵੀ ਆਰ ਗੋਇੰਗ ਟੂ ਈਟ ਸਮਥਿੰਗ ਵੀ ਆਰ ਹੰਗਰੀ ਸੋ ਆਪਾਂ ਰੈਸਟੋਰੈਂਟ ਆ ਗਏ ਹਾਂ ਖਾ ਲਈਏ ਕੁਛ ਉੱਥੇ ਬਿਨੇ ਜਿੱਥੇ ਵਿਊ ਵਧੀਆ ਰੈਸਟੋਰੈਂਟ ਬਹੁਤ ਸੋਹਣਾ ਯਾਰ ਸੀ। ਕੁਛ ਖਾਤੇ ਹੈ ਕੁਛ ਪੀਤੇ ਹੈ ਵਾਹ ਵਟ ਅ ਵਿਊ ਮੈਂ ਵਟ ਅ ਵਿਊ ਸ਼ਾਹੁਣੀ ਪੈ ਕੇ ਹਾਂ ਦੋ ਵੀ ਬਹੁਤ ਇਕੱਲੇ ਵਿਊ ਦੇ ਰੈਸਟੋਰੈਂਟ ਦੇ ਉਹ ਉਡਣ ਖਟੋਲੇ 'ਚ ਤਾਂ ਨਹੀਂ ਮਜ਼ਾ ਜੇ ਮੀਂਹ ਨਾ ਆਉਂਦਾ ਤਾਂ ਹਾਂ। ਸੋ ਚਲੋ ਖਾ ਕੇ ਦੇਖਦੇ ਹਾਂ ਕੀ ਮਿਲਦਾ ਇੱਥੇ ਮੀਂਹ ਫਿਰ ਉਡਣ ਖਟੋਲੇ ਤੇ ਆ ਕੇ ਸਟਾਰ ਮਾਰਦੇ ਨੇ ਸਾਰੇ ਖਿੱਚ ਲੈਣੇ ਆ ਵਧੀਆ ਹੋਏ ਹੋਏ ਇੱਥੇ ਬਣਾਉਂਦੇ ਰੀਲ ਸ਼ਾਇਦ ਇੱਥੇ ਬਹਿੰਦੇ ਆ ਯਾਰ ਦਿਸ ਇਜ਼ ਕਾਲਡ ਵਿਊ ਘੈਂਟ ਹੈ ਯਾਰ ਕਿੱਥੋਂ ਆਏ ਭਲਾ ਪਤਾ ਨਹੀਂ ਦਿਖਣ ਨਹੀਂ ਡਿਆ ਉੱਧਰੋਂ ਦਿਖੂਗਾ ਮੇ ਬੀ ਬਹੁਤ ਸੋਹਣਾ ਵਿਊ ਹੈ ਸੋ ਲੰਚ ਹੋ ਗਿਆ ਹੁਣ ਆਪਾਂ ਚੱਲੇ ਹਾਂ ਮੋਹਾਲੀ ਮੀਂਹ ਹਟ ਗਿਆ ਫੋਟੋ ਖਿੱਚ ਲਈਏ ਭਰਾ ਦੀ ਫੋਟੋ ਖਿੱਚ ਲਈਏ ਭਰਾ ਸਾਡਾ ਉਡਨ ਖਟੋਲਾ ਆ ਗਿਆ ਆਪਾਂ ਹੁਣ ਚੱਲੇ ਹਾਂ ਡਾਊਨ ਬਹਿ ਕੇ ਹੁਣ ਦਿਖਣਾ ਹੀ ਹੋ ਤੇ ਹੁਣ ਲੱਗਾ ਡਰ ਅੱਖਾਂ ਸੁੱਜ ਗਈਆਂ ਮੁੰਡੇ ਦੀਆਂ ਫਿਰ ਥੱਕ ਗਿਆ ਲੱਗੇ ਹੁਣ ਕਲੀਅਰ ਦਿਖੀ ਜਾਂਦਾ ਦੇਖ ਕਿੱਦਾਂ ਦਾ ਹੀ ਖਾਈ ਆ ਇੱਕ ਸਾਹਿਬ ਦੀ ਪੂਰੀ ਥੋੜ੍ਹਾ ਥੋੜ੍ਹਾ ਦਿਖੀ ਜਾਂਦਾ ਡਰ ਲੱਗਦਾ ਹੀ ਆ ਕੈਮਰਾ ਹੀ ਉੱਧਰ ਕਰਕੇ ਬੈਠੇ ਸੀ ਆਪਾਂ ਕਿਹੜਾ ਦੇਖੀ ਸੋ ਆਪਾਂ ਗਏ ਹਾਂ ਪਹੁੰਚ ਹੈਗਾ ਗੇਟ ਇੱਧਰ 'ਚ ਜਾਣਾ ਪੜੇਗਾ ਆਇਆ ਕੋਕ ਲੈ ਲਈਏ ਨਾਲੇ ਆਪਾਂ ਪਹੁੰਚ ਗਏ ਸੀ ਉਡਨ ਖਟੋਲੇ ਵਾਲਾ ਤਾਂ ਉਹੀ ਆ ਐਕਸਪੀਰੀਅੰਸ ਕੇਬਲ ਕਾਰ ਦਾ ਬਾਕੀ ਚਲੋ ਹੋ ਗਿਆ ਹੁਣ ਲੰਚ ਹੋ ਗਿਆ ਮੀਂਹ ਹਟ ਗਿਆ ਵੱਡੀ ਗੱਡੀ ਉਹ ਲੱਗੀ ਆ ਗੱਡੀ ਚੜ੍ਹਾਉਣ ਦਾ ਵੱਖਰਾ ਪੰਗਾ ਰਹਿਣਾ ਭਾਈ ਕਿੱਦਾਂ ਰਿਹਾ ਕਿੱਦਾਂ ਰਿਹਾ ਭਾਜੀ ਹੁਣ ਵਧੀਆ ਲੱਗਾ ਸੈਂਟਰ 'ਚ ਬਹਿ ਕੇ ਹੁਣ ਡਰ ਲੱਗਾ ਸੀ ਥੋੜ੍ਹਾ ਜਿਹਾ ਹੈ ਨਾ ਆਪਾਂ ਮੋਰਨਿੰਗ ਆ ਗਏ ਸੀ ਹੁਣ ਤਾਂ ਇੱਥੇ ਟ੍ਰੈਫਿਕ ਹੀ ਬਹੁਤ ਹੋਇਆ ਪਿਆ ਜੇ ਇਸ ਟਾਈਮ ਆਉਂਦੇ ਫਿਰ ਆਪਾਂ ਬਸ ਇੱਥੇ ਸਟੱਕ ਰਹਿਣਾ ਸੀ ਬਹੁਤ ਜ਼ਿਆਦਾ ਟ੍ਰੈਫਿਕ ਆ ਰਾਈਟ ਸਾਈਡ 'ਤੇ ਆਪਣਾ ਤਾਂ ਇੱਧਰੋਂ ਚੱਲੀ ਜਾਂਦਾ ਵਧੀਆ ਚਲੋ ਪਹਾੜੋਂ ਕੀ ਸੈਰ ਹੋ ਗਈ ਹੈ ਮੌਸਮ ਵਧੀਆ ਸੀ ਅੱਜ ਦਾ ਘੈਂਟ ਵਾਲਾ ਸੀ ਮੌਸਮ
ਮੌਸਮ ਵਧੀਆ ਹੋ ਗਿਆ ਜੀ, ਠੰਡਾ ਠਾਰ ਜਿਹਾ, ਠੰਡਾ ਠਾ ਠੰਡਾ ਠਾ ਮੋਟੀਵੇਸ਼ਨਲ ਵੀਡੀਓ ਕਿਆ ਬਾਤ ਹੈ, ਚੜਾਈ ਆ ਭਰਾਵਾ ਚੜਾਈ ਆ ਨੀ। ਉਹ ਆਪਾਂ ਆ ਗਏ ਸੀ ਉੱਥੋਂ ਪਰਮਾਨੂ ਤੋਂ, ਹੁਣ ਆਪਾਂ ਲੱਗੇ ਹਾਂ ਪਹਿਲਾਂ ਰੂਮ ਲੈਣ, ਦੈਨ ਮੈਂ ਮਾੜਾ ਜਿਹਾ ਮੋਹਾਲੀ ਜਾਣਾ, ਇਹ ਕਰੂਗਾ ਲੱਖਾ ਰੈਸਟ। ਮੈਂ ਮੋਹਾਲੀ ਤੋਂ ਹੋ ਕੇ ਦੈਨ ਫਿਰ ਆਪਾਂ ਇਲਾਂਟੇ ਚੱਲਦੇ ਹਾਂ ਆਪਣੀ, ਇੱਥੇ ਵੀ ਰੈਜ਼ਰਵੇਸ਼ਨ ਹੋ ਗਈ ਆ ਮੋਲ 'ਚ, ਅਤੇ ਫਿਰ ਆਪਾਂ ਕਰਦੇ ਹਾਂ ਇੰਜੋਏ ਹੁਣ ਮਾੜਾ ਜਿਹਾ ਮੋਹਾਲੀ ਜਾ ਤੋਂ ਰੂਮ ਲੈ ਲਈਏ ਪਹਿਲਾਂ ਸੀ। ਲਿਫਟ ਨਹੀਂ ਆਈ ਜਾਂਦੇ ਅਤੇ ਲਓ ਵੀ ਮਿੱਤਰੋ ਆਪਾਂ ਆ ਗਏ ਹਾਂ ਰੂਮ 'ਚ। ਮੈਂ ਚਲ ਗਿਆ ਸੀ ਮੋਹਾਲੀ ਅਤੇ ਇਹ ਹੁਣੀ ਵੀਰ ਹੁਣੀ ਸੁੱਤੇ ਸੀ ਮੇਰੇ ਆਉਂਦਿਆਂ ਨੂੰ। ਚਲਾਨ ਹੋ ਜਾਂਦਾ ਸੀ ਆਪਾਂ ਆਏ ਹਾਂ ਜ਼ਾਰਾ 'ਚ ਸਾਨੂੰ ਕੋਈ ਮਿਲਿਆ ਨਹੀਂ ਆ। ਸੋ ਹੁਣ ਐਡੀਡਾਸ 'ਚ ਵੀ ਨਹੀਂ ਕੁਛ ਹੈਗਾ ਖਾਸ, ਹੁਣ ਆਪਾਂ ਚੱਲੇ ਆਪਣੇ ਮੋਬ, ਉੱਥੇ ਹੈਗਾ ਸਾਡਾ ਟੇਬਰ ਗਰਵ ਸੀ। ਮਾਹੌਲ ਵਧੀਆ ਲਾਂਟੇ ਦਾ, ਆਪਾਂ ਖੇਡਦੇ ਰਹੇ ਹਾਂ, ਬਹੁਤ ਖੇਡ ਸਕੀਏ ਆਪਾਂ। ਚੱਲ ਉੱਧਰ ਹੀ ਆ ਗੇਮਾਂ ਖੇਡਣ ਦਾ ਮਜ਼ਾ, ਆਪਣੇ ਘਰ ਜਾਂਦਾ ਜਾਣ ਜਿਹਾ ਲੱਗਦਾ, ਉੱਥੇ ਤਾਂ ਆਪਾਂ ਬਹੁਤ ਖੇਡਦੇ ਰਹੇ ਹਾਂ, ਇੱਥੇ ਨਹੀਂ ਕੀ ਬਣਦਾ। ਸਾਰ ਚੱਲੀਏ ਲੱਗੇ ਆ, ਸੈਲੀਬ੍ਰੇਟ ਕਰਾਂਗੇ ਹੋਪਫੁਲੀ, ਮੈਂ ਉਦੋਂ ਨੂੰ ਮੈਲਬਨ ਹੋਵਾਂ, ਮੈਲਬਨ ਜਾ ਕੇ ਸੈਲੀਬ੍ਰੇਟ ਕੀਤਾ ਜਾਊਗਾ। ਸੋ ਹੁਣ ਆਪਾਂ ਡਿਨਰ ਕਰਕੇ ਬਸ ਸੌਣਾ ਆ, ਟਮੋਰੋ ਅਰਲੀ ਮੋਰਨਿੰਗ ਨਿਕਲਣਾ ਜੇ ਉੱਠ ਕੇ ਤਾਂ, ਕਿਉਂ ਭਾਈ ਅਰਲੀ ਮੋਰਨਿੰਗ ਨਿਕਲ ਜਾਣਾ ਆਪਾਂ 4 ਵਜੇ। ਸੋ ਵਧੀਆ ਇੰਜੋਏ ਹੋ ਗਿਆ, ਬਸ ਸੋਈਏ, ਬਰਥਡੇ ਇਜ਼ ਓਵਰ ਨਾਓ, ਬਾਕੀ ਦੇਖਦੇ ਹਾਂ ਆਪਾਂ ਸੁਬਹਾ ਕਿੱਦਾਂ ਕਰਨਾ।
So good night, everyone.